ਤਾਂ ਜਿੱਤ ਤੋਂ ਬਾਅਦ ਰੋਡ ਸ਼ੋਅ ਚਰਨਜੀਤ ਸਿੰਘ ਚੰਨੀ ਵੱਲੋਂ ਕੱਢਿਆ ਜਾ ਰਿਹਾ। ਚੰਨੀ ਸਾਹਿਬ, ਕਿਵੇਂ ਦੇਖਦੇ ਹੋ, ਕੀ ਫੈਕਟਰ ਜਿਹੜਾ ਨਜ਼ਰ ਆਇਆ ਕਿ ਜਲੰਧਰ ਦੇ ਲੋਕਾਂ ਨੇ ਇੱਕ ਪਾਸੇ ਫੈਸਲਾ ਸੁਣਾ ਦਿੱਤਾ? ਬਹੁਤ ਵੱਡਾ ਫਤਵਾ ਲੋਕਾਂ ਨੇ ਦਿੱਤਾ, ਬੜਾ ਪਿਆਰ ਦਿੱਤਾ। ਇਸ ਕਰਕੇ ਮੈਂ ਲੋਕਾਂ ਦਾ ਸਿਰ ਝੁਕਾ ਕੇ ਬਹੁਤ ਧੰਨਵਾਦ ਕਰਦਾ। ਆਜ਼ਾਦੀ ਤੋਂ ਬਾਅਦ ਇੱਕ ਇਤਿਹਾਸਕ ਫੈਸਲਾ ਆਇਆ ਕਿ ਸਭ ਤੋਂ ਵੱਡੀ ਲੀਡ ਆਜ਼ਾਦੀ ਤੋਂ ਅੱਜ ਤੱਕ ਜਲੰਧਰ ਦੇ ਵਿੱਚ ਇਸ ਵਾਰ ਹੋਈ ਹੈ। ਸੋ ਮੈਂ ਲੋਕਾਂ ਦਾ ਜਿਹੜਾ ਫਤਵਾ ਹੈ ਉਸ ਨੂੰ ਬਹੁਤ ਬਹੁਤ ਸਤਿਕਾਰ ਦੇ ਨਾਲ ਸਵੀਕਾਰ ਕਰਦਾ। ਇਸੇ ਕਰਕੇ ਅੱਜ ਅਸੀਂ ਕੋਈ ਢੋਲ ਟਮੱਕਾ ਨਹੀਂ ਕਰ ਰਹੇ, ਔਰ ਬੜੇ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੇ ਹਾਂ ਤੇ ਮੰਦਿਰ ਦੇ ਵਿੱਚ ਮੱਥਾ ਟੇਕਣਾ। ਦੁਆਬੇ ਦੇ ਵਿੱਚ ਇੱਕ ਵੱਡੇ ਦਲਿਤ ਚਿਹਰੇ ਦੇ ਤੌਰ ਤੇ ਤੁਸੀਂ ਉਭਰ ਕੇ ਸਾਹਮਣੇ ਆਏ ਹੋ, ਕਦੀ ਅਜਿਹਾ ਵੱਡਾ ਚਿਹਰਾ ਨਜ਼ਰ ਨਹੀਂ ਆਇਆ। ਮੈਨੂੰ ਹਰ ਵਰਗ ਦੇ ਲੋਕਾਂ ਨੇ ਵੋਟ ਪਾਈ ਹੈ, ਮੈਂ ਸਭ ਦਾ ਸਾਂਝਾ ਤੇ ਸਭ ਨੇ ਮੈਨੂੰ ਪਿਆਰ ਦਿੱਤਾ। ਹਰ ਵਰਗ ਹਰ ਧਰਮ ਦੇ ਲੋਕਾਂ ਨੇ ਬਰਾਬਰ ਵੋਟ ਪਾ ਕੇ ਮੈਨੂੰ 2.25 ਲੱਖ ਵੋਟਾਂ ਦੇ ਨਾਲ ਜਿਤਾਇਆ, ਜਿਹੜੀ ਕਿ ਜਲੰਧਰ ਦੇ ਲੋਕਾਂ ਦੀ ਜਿੱਤ ਹੈ ਔਰ ਇੱਕ ਵੱਡੀ ਜਿੱਤ ਹੈ। ਮੈਂ ਲੋਕਾਂ ਨੂੰ ਪਹਿਲਾਂ ਕਿਹਾ ਸੀ ਮੈਂ ਸੁਦਾਮਾ ਬਣ ਕੇ ਆਇਆ, ਤੁਸੀਂ ਮੈਨੂੰ ਕ੍ਰਿਸ਼ਨ ਬਣ ਕੇ ਨਵਾਜੋ, ਔਰ ਲੋਕਾਂ ਨੇ ਕ੍ਰਿਸ਼ਨ ਬਣ ਕੇ ਮੈਨੂੰ ਨਵਾਜਿਆ। ਮੈਂ ਉਹਨਾਂ ਦਾ ਕ੍ਰਿਸ਼ਨ ਦਾ ਜਿਵੇਂ ਸਤਿਕਾਰ ਕਰੀਦਾ ਉਸੇ ਤਰ੍ਹਾਂ ਕਰਾਂਗਾ। ਪਾਰਲੀਮੈਂਟ ਦੇ ਵਿੱਚ ਹੁਣ ਸਭ ਤੋਂ ਵੱਡਾ ਮੁੱਦਾ ਕਿਹੜਾ ਰਹੇਗਾ ਤੁਹਾਡੇ ਵੱਲੋਂ ਚੁੱਕਣ ਵਾਲਾ? ਹਾਂਜੀ, ਥੈਂਕ ਯੂ। ਹਾਂਜੀ, ਪਾਰਲੀਮੈਂਟ 'ਚ ਕਿਹੜਾ ਮੁੱਦਾ ਰਹੇਗਾ ਤੁਸੀਂ ਦੱਸੋਗੇ? ਇੱਕ ਸੈਕਿੰਡ, ਪਾਰਲੀਮੈਂਟ 'ਚ ਕਿਹੜਾ ਮੁੱਦਾ ਰਹੇਗਾ? ਇਹ ਹੁਣ ਅੱਗੇ ਜਿਸ ਤਰ੍ਹਾਂ ਮੈਂ ਵਾਅਦੇ ਕੀਤੇ, ਜੋ ਲੋਕਾਂ ਦੇ ਨਾਲ ਗੱਲਾਂ ਕੀਤੀਆਂ ਨਸ਼ੇ ਦੇ ਬਾਰੇ 'ਚ, ਮਾਫੀਆ ਗਰੁੱਪ ਨੂੰ ਹਟਾਉਣ ਦੇ ਬਾਰੇ 'ਚ, ਮੈਂ ਉਹੀ ਲੜਾਈ ਹੈ ਜਿਹੜੀ ਉਹ ਸ਼ੁਰੂ ਕਰ ਰਿਹਾ ਤੇ ਵੱਡੇ ਪੱਧਰ ਤੇ ਲੜਾਂਗਾ। ਲਾਸਟ ਸਵਾਲ, ਪੰਜਾਬ ਦੇ ਵਿੱਚ ਕਾਂਗਰਸ 7 ਸੀਟਾਂ ਜਿੱਤ ਰਹੀ ਹੈ, ਆਮ ਆਦਮੀ ਪਾਰਟੀ ਵੱਲੋਂ 13 ਸੀਟਾਂ ਕਹੀਆਂ ਗਈਆਂ ਸੀ, 3 ਸੀਟਾਂ ਤੇ ਆਮ ਆਦਮੀ ਪਾਰਟੀ ਰਹਿ ਗਈ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੂੰ ਮੈਂ ਕਹਾਂਗਾ ਕਿ ਆਪਣੀ ਹਾਰ ਨੂੰ ਕਬੂਲਦੇ ਹੋਏ ਉਹਨਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ, ਇਸ ਤੋਂ ਪਹਿਲਾਂ ਕਿ ਉਹਨਾਂ ਦੇ MLA ਉਹਨੂੰ ਹਟਾ ਦੇਣ ਇਕੱਠੇ ਹੋ ਕੇ। ਉਹਨੂੰ ਚਾਹੀਦਾ ਕਿ ਅਸਤੀਫਾ ਦੇ ਕੇ ਕਿਸੇ ਹੋਰ ਨੂੰ ਮੌਕਾ ਦੇਵੇ, ਜਿਹੜਾ ਸਟੇਜ ਇਹ ਨਾ ਚਲਾਵੇ, ਸਟੇਟ ਵੀ ਚਲਾ ਸਕੇ। ਰਵਨੀਤ ਬਿੱਟੂ ਵੀ ਹਾਰ ਕੇ ਰਾਜਾ ਵੜਿੰਗ ਜਿੱਤ ਗਏ, ਚੰਗੀ ਗੱਲ ਹੈ, ਬਹੁਤ ਬਹੁਤ ਵਧਾਈ ਹੋਵੇ, ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਪੰਜਾਬ ਦੇ ਵਿੱਚ। ਤਾਂ ਜਿੱਤ ਤੋਂ ਬਾਅਦ ਰੋਡ ਸ਼ੋਅ ਚਰਨਜੀਤ ਸਿੰਘ ਚੰਨੀ ਵੱਲੋਂ ਕੱਢਿਆ ਜਾ ਰਿਹਾ। ਚੰਨੀ ਸਾਹਿਬ, ਕਿਵੇਂ ਦੇਖਦੇ ਹੋ, ਕੀ ਫੈਕਟਰ ਜਿਹੜਾ ਨਜ਼ਰ ਆਇਆ ਕਿ ਜਲੰਧਰ ਦੇ ਲੋਕਾਂ ਨੇ ਇੱਕ ਪਾਸੇ ਫੈਸਲਾ ਸੁਣਾ ਦਿੱਤਾ? ਬਹੁਤ ਵੱਡਾ ਫਤਵਾ ਲੋਕਾਂ ਨੇ ਦਿੱਤਾ, ਬੜਾ ਪਿਆਰ ਦਿੱਤਾ। ਇਸ ਕਰਕੇ ਮੈਂ ਲੋਕਾਂ ਦਾ ਸਿਰ ਝੁਕਾ ਕੇ ਬਹੁਤ ਧੰਨਵਾਦ ਕਰਦਾ। ਆਜ਼ਾਦੀ ਤੋਂ ਬਾਅਦ ਇੱਕ ਇਤਿਹਾਸਕ ਫੈਸਲਾ ਆਇਆ ਕਿ ਸਭ ਤੋਂ ਵੱਡੀ ਲੀਡ ਆਜ਼ਾਦੀ ਤੋਂ ਅੱਜ ਤੱਕ ਜਲੰਧਰ ਦੇ ਵਿੱਚ ਇਸ ਵਾਰ ਹੋਈ ਹੈ। ਸੋ ਮੈਂ ਲੋਕਾਂ ਦਾ ਜਿਹੜਾ ਫਤਵਾ ਹੈ ਉਸ ਨੂੰ ਬਹੁਤ ਬਹੁਤ ਸਤਿਕਾਰ ਦੇ ਨਾਲ ਸਵੀਕਾਰ ਕਰਦਾ। ਇਸੇ ਕਰਕੇ ਅੱਜ ਅਸੀਂ ਕੋਈ ਢੋਲ ਟਮੱਕਾ ਨਹੀਂ ਕਰ ਰਹੇ, ਔਰ ਬੜੇ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੇ ਹਾਂ ਤੇ ਮੰਦਿਰ ਦੇ ਵਿੱਚ ਮੱਥਾ ਟੇਕਣਾ। ਦੁਆਬੇ ਦੇ ਵਿੱਚ ਇੱਕ ਵੱਡੇ ਦਲਿਤ ਚਿਹਰੇ ਦੇ ਤੌਰ ਤੇ ਤੁਸੀਂ ਉਭਰ ਕੇ ਸਾਹਮਣੇ ਆਏ ਹੋ, ਕਦੀ ਅਜਿਹਾ ਵੱਡਾ ਚਿਹਰਾ ਨਜ਼ਰ ਨਹੀਂ ਆਇਆ। ਮੈਨੂੰ ਹਰ ਵਰਗ ਦੇ ਲੋਕਾਂ ਨੇ ਵੋਟ ਪਾਈ ਹੈ, ਮੈਂ ਸਭ ਦਾ ਸਾਂਝਾ ਤੇ ਸਭ ਨੇ ਮੈਨੂੰ ਪਿਆਰ ਦਿੱਤਾ। ਹਰ ਵਰਗ ਹਰ ਧਰਮ ਦੇ ਲੋਕਾਂ ਨੇ ਬਰਾਬਰ ਵੋਟ ਪਾ ਕੇ ਮੈਨੂੰ 2.25 ਲੱਖ ਵੋਟਾਂ ਦੇ ਨਾਲ ਜਿਤਾਇਆ, ਜਿਹੜੀ ਕਿ ਜਲੰਧਰ ਦੇ ਲੋਕਾਂ ਦੀ ਜਿੱਤ ਹੈ ਔਰ ਇੱਕ ਵੱਡੀ ਜਿੱਤ ਹੈ। ਮੈਂ ਲੋਕਾਂ ਨੂੰ ਪਹਿਲਾਂ ਕਿਹਾ ਸੀ ਮੈਂ ਸੁਦਾਮਾ ਬਣ ਕੇ ਆਇਆ, ਤੁਸੀਂ ਮੈਨੂੰ ਕ੍ਰਿਸ਼ਨ ਬਣ ਕੇ ਨਵਾਜੋ, ਔਰ ਲੋਕਾਂ ਨੇ ਕ੍ਰਿਸ਼ਨ ਬਣ ਕੇ ਮੈਨੂੰ ਨਵਾਜਿਆ। ਮੈਂ ਉਹਨਾਂ ਦਾ ਕ੍ਰਿਸ਼ਨ ਦਾ ਜਿਵੇਂ ਸਤਿਕਾਰ ਕਰੀਦਾ ਉਸੇ ਤਰ੍ਹਾਂ ਕਰਾਂਗਾ। ਪਾਰਲੀਮੈਂਟ ਦੇ ਵਿੱਚ ਹੁਣ ਸਭ ਤੋਂ ਵੱਡਾ ਮੁੱਦਾ ਕਿਹੜਾ ਰਹੇਗਾ ਤੁਹਾਡੇ ਵੱਲੋਂ ਚੁੱਕਣ ਵਾਲਾ? ਹਾਂਜੀ, ਥੈਂਕ ਯੂ। ਹਾਂਜੀ, ਪਾਰਲੀਮੈਂਟ 'ਚ ਕਿਹੜਾ ਮੁੱਦਾ ਰਹੇਗਾ ਤੁਸੀਂ ਦੱਸੋਗੇ? ਇੱਕ ਸੈਕਿੰਡ,
ਪਾਰਲੀਮੈਂਟ ਚ ਕਿਹੜਾ ਮੁੱਦਾ ਰਹੇਗਾ ਇਹ ਹੁਣ ਅੱਗੇ ਅੱਗੇ ਜਿਸ ਤਰ੍ਹਾਂ ਮੈਂ ਵਾਅਦੇ ਕੀਤੇ ਜੋ ਲੋਕਾਂ ਦੇ ਨਾਲ ਗੱਲਾਂ ਕੀਤੀਆਂ ਨਸ਼ੇ ਦੇ ਬਾਰੇ ਚ ਮਾਫੀਆ ਗਰੁੱਪ ਨੂੰ ਹਟਾਉਣ ਦੇ ਬਾਰੇ ਚ ਮੈਂ ਉਹੀ ਲੜਾਈ ਹੈ ਜਿਹੜੀ ਉਹ ਸ਼ੁਰੂ ਕਰ ਰਿਹਾ ਤੇ ਵੱਡੇ ਪੱਧਰ ਤੇ ਲੜਾਂਗਾ। ਲਾਸਟ ਸਵਾਲ, ਪੰਜਾਬ ਦੇ ਵਿੱਚ ਕਾਂਗਰਸ 7 ਸੀਟਾਂ ਜਿੱਤ ਰਹੀ ਹੈ, ਆਮ ਆਦਮੀ ਪਾਰਟੀ ਵੱਲੋਂ 13 ਸੀਟਾਂ ਕਹੀਆਂ ਗਈਆਂ ਸੀ, 3 ਸੀਟਾਂ ਤੇ ਆਮ ਆਦਮੀ ਪਾਰਟੀ ਰਹਿ ਗਈ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੂੰ ਮੈਂ ਕਹਾਂਗਾ ਕਿ ਆਪਣੀ ਹਾਰ ਨੂੰ ਕਬੂਲਦੇ ਹੋਏ ਉਹਨਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ, ਇਸ ਤੋਂ ਪਹਿਲਾਂ ਕਿ ਉਹਨਾਂ ਦੇ MLA ਉਹਨੂੰ ਹਟਾ ਦੇਣ ਇਕੱਠੇ ਹੋ ਕੇ। ਉਹਨੂੰ ਚਾਹੀਦਾ ਕਿ ਅਸਤੀਫਾ ਦੇ ਕੇ ਕਿਸੇ ਹੋਰ ਨੂੰ ਮੌਕਾ ਦੇਵੇ, ਜਿਹੜਾ ਸਟੇਜ ਇਹ ਨਾ ਚਲਾਵੇ, ਸਟੇਟ ਵੀ ਚਲਾ ਸਕੇ। ਰਵਨੀਤ ਬਿੱਟੂ ਵੀ ਹਾਰ ਕੇ ਰਾਜਾ ਵੜਿੰਗ ਜਿੱਤ ਗਏ, ਚੰਗੀ ਗੱਲ ਹੈ, ਬਹੁਤ ਬਹੁਤ ਵਧਾਈ ਹੋਵੇ। ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਪੰਜਾਬ ਦੇ ਵਿੱਚ।